ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਬਦਾ ਬੀਨੀਟਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਡਿਜ਼ਾਈਨ ਇਹ ਡਿਜ਼ਾਈਨ ਦਾ ਸਪੈਸ਼ਲ ਜੈਂਟਸ ਸਵੈਟਰ ਕੋਟੀ ਤੇ ਬੱਚਿਆਂ ਦੇ ਕੋਟੀ ਸਵੈਟਰ ਲਈ ਆ ਬੜੀ ਆਸਾਨੀ ਨਾਲ ਬਣਨ ਵਾਲਾ ਇਹ ਆਪਣਾ ਡਿਜ਼ਾਈਨ ਆ ਪੰਜ-ਪੰਜ ਦੇ ਹਿਸਾਬ ਨਾਲ ਆਪਾਂ ਇਹ ਡਿਜ਼ਾਈਨ ਬਣਾਉਣ ਲਈ ਕੁੰਡੇ ਲੈਣੇ ਨੇ ਤੇ ਸਿਰਫ ਚਾਰ ਸਲਾਈ ਦਾ ਡਿਜ਼ਾਈਨ ਆ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਆਪਾਂ ਬਿਨਾਂ ਬੁਣੇ ਤਾਰ ਕੇ ਉਸ ਤੋਂ ਬਾਅਦ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਆਹ ਵਾਲੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਛੱਡ ਕੇ ਸੈਂਟਰ ਦੇ ਵਿੱਚੋਂ ਆਹ ਇਹ ਧਾਗਾ ਬਣਾ ਲੈਣਾ ਇੱਕ ਕੁੰਡਾ ਬਣਾ ਲੈਣਾ ਤੇ ਇਹ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਹੀ ਬੁਣ ਦੇਣਾ ਫੇਰ ਧਾਗਾ ਆਪਣੇ ਵੱਲ ਕਰਕੇ ਤਿੰਨ ਕੁੰਡੇ ਉਲਟੇ ਇਹੀ ਆਪਾਂ ਪੰਜ ਕੁੰਡਿਆਂ ਨੂੰ ਰਿਪੀਟ ਕਰਨਾ ਆ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਛੱਡ ਕੇ ਇਦਾਂ ਸੈਂਟਰ ਚੋਂ ਆਪਾਂ ਇੱਕ ਕੁੰਡਾ ਬਣਾ ਲੈਣਾ ਤੇ ਇਹ ਵਾਲੇ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਪਾਉਂਦੇ ਹਾਂ ਫੇਰ ਤੱਗ ਆਪਣੇ ਵੱਲ ਕਰਕੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਬੈਕ ਸਾਈਡ ਤੇ ਆ ਗਏ ਆਪਾਂ ਪਹਿਲਾ ਗੁੰਡਾ ਬਿਨਾ ਬੁਨੇ ਉਤਾਰ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੇ ਉਧਰ ਤਿੰਨ ਗੁੰਡੇ ਉਲਟੇ ਬਣਾਏ ਨੇ ਉਹ ਉਲਟੇ ਬਣਾ ਲੈਣੇ ਨੇ ਇਸ ਤਰ੍ਹਾਂ ਤਿੰਨ ਗੁੰਡੇ ਉਲਟੇ ਤੇ ਅਗਲੇ ਆ ਆਪਣੇ ਤਿੰਨ ਗੁੰਡੇ ਬਣ ਗਏ ਜਿਹੜੇ ਆਪਾਂ ਦੋ ਗੁੰਡਿਆਂ ਦੇ ਸੈਂਟਰ ਚੋਂ ਆਪਾਂ ਗੁੰਡਾ ਬਣਾਇਆ ਇੱਕ ਪਹਿਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਉਲਟਾ ਹੀ ਬਣ ਦੇਣਾ ਤੇ ਦੂਜੇ ਜਿਹੜੇ ਦੋ ਗੁੰਡੇ ਰਹਿ ਗਏ ਇਹ ਦੋਨਾਂ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਫੇਰ ਚਾਰ ਕੁੰਡੇ ਆਪਾਂ ਉਲਟੇ ਬੁਣਨੇ ਨੇ ਐਸ ਤੋਂ ਅੱਗੇ ਜਾ ਕੇ ਪੰਜਵੇਂ ਤੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਫੇਰ ਚਾਰ ਕੁੰਡੇ ਉਲਟੇ ਐਸ ਤਰ੍ਹਾਂ ਸੋਰੀ ਤਿੰਨ ਕੁੰਡੇ ਉਲਟੇ ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬੁਣ ਦਿਆਂਗੇ ਹੁਣ ਅਗੇ ਜੀ ਆਪਾਂ ਸਿੱਧੀ ਸਾਈਡ ਤੀਜੀ ਸਲਾਈ ਦਾ ਡਿਜ਼ਾਈਨ ਦੀ ਇਹ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਬਹੁਤ ਹੀ ਸਿੰਪਲ ਡਿਜ਼ਾਈਨ ਆ ਬੜੀ ਆਸਾਨੀ ਨਾਲ ਬਣੂਗਾ ਇਹ ਤੇ ਬਣਿਆ ਵੀ ਸੋਹਣਾ ਲੱਗਦਾਗਾ ਵੈਸੇ ਤਾਂ ਇੱਕ ਸਲਾਈ ਦੇ ਇਹ ਡਿਜ਼ਾਈਨ ਆ ਬਾਕੀ ਸਲਾਈਆਂ ਆਪਾਂ ਗੈਪ ਲਈ ਪਾਉਣੀਆਂ ਇਹਦੇ ਵਿੱਚ ਉਹ ਤੁਹਾਡੀ ਮਰਜ਼ੀ ਹੈ ਜਿੰਨੀ ਮਰਜ਼ੀ ਪਾ ਲਓ ਮੈਂ ਇੱਥੇ ਇੱਕ ਸਿੱਧੀ ਇੱਕ ਉਲਟੀ ਸਲਾਈ ਪਾਈ ਆ ਚੌਥੀ ਸਲਾਈ ਆਪਾਂ ਫੇਰ ਸਾਰੀ ਉਲਟੀ ਬਣਾ ਲੈਣੀ ਆ ਐਸਟਰਾ ਇਹੀ ਆਪਾਂ ਚਾਰ ਸਲਾਈਆਂ ਨੂੰ ਰਿਪੀਟ ਕਰਨਾ ਤੇ ਡਿਜ਼ਾਈਨ ਦੇਖੋ ਆਪਣਾ ਇਸ ਤਰ੍ਹਾਂ ਅੱਗੇ ਦੀ ਅੱਗੇ ਬਣਦਾ ਜਾਊਗਾ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਉਮੀਦ ਆ ਤੁਸੀਂ ਜਰੂਰ ਪਸੰਦ ਕਰੋਗੇ ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਅਤੇ ਸੌਖੇ ਡਿਜ਼ਾਈਨ ਦੇ ਨਾਲ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ